ਬਠਿੰਡਾ ਡੱਬ ਵਾਲੀ ਰੋਡ ਤੇ ਸੰਗਤ ਕੈਂਚੀਆਂ ਦੇ ਨਜ਼ਦੀਕ ਇੱਕ ਸਕੂਲੀ ਬੱਸ ਦੇ ਹਾਦਸੇ ਹੋਣ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਛੁੱਟੀਆਂ ਤੋਂ ਬਾਅਦ ਇਹ ਬੱਸ ਪਹਿਲੇ ਦਿਨ ਸਕੂਲ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਬਠਿੰਡਾ ਵਾਲੇ ਪਾਸੇ ਨੂੰ ਆ ਰਹੀ ਸੀ ਤਾਂ ਖਰਾਬ ਮੌਸਮ ਦੇ ਚੱਲਦਿਆਂ ਧੁੰਦ ਅਤੇ ਤਿਲਕਣ ਦੇ ਕਾਰਨ ਇਹ ਬੱਸ ਤਿਲਕਦੀ ਹੋਈ ਖੇਤਾਂ ਵਿੱਚ ਜਾ ਤਾਂ ਸੀ। ਬੱਸ ਵਿੱਚ ਛੋਟੇ ਬੱਚੇ ਸਵਾਰ ਹੋਣ ਕਰਕੇ ਚੀਕ ਚਿਹਾੜਾ ਪੈ ਗਿਆ ਅਤੇ ਸੜਕ ਤੇ ਜਾਂਦੇ ਰਾਹਗੀਰਾਂ ਨੇ ਰੋਕ ਕੇ ਬੱਸ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ। ਬੱਸ ਦਾ ਇਹ ਹਾਦਸਾ ਕਾਫੀ ਭਿਆਨਕ ਸੀ, ਪਰੰਤੂ ਖੁਸ਼ਕਿਸਮਤੀ ਨਾਲ ਮਾਮੂਲੀ ਚੋਟਾਂ ਤੋਂ ਇਲਾਵਾ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਨੀ ਮਾਲੀ ਨੁਕਸਾਨ ਦਾ ਬਚਾਅ ਰਿਹਾ। ਜੀ, ਸੈਨਹਾਰਟ ਸਕੂਲ ਦੇ ਸਾਡੇ ਕੋਲ ਦੋ ਬੱਚੇ ਆਏ ਆ ਜੋ ਉਹਨਾਂ ਦੀ ਬੱਸ ਪਲਟੀ ਹੋਈ ਸੀਗੀ ਤੇ ਉਹਨਾਂ ਦੇ ਦੋਨਾਂ ਦੇ ਸੱਟਾਂ ਹੈ ਤੇ ਉਹਨਾਂ ਦੇ ਐਕਸਰੇ ਕੀਤੇ ਗਏ ਆ। ਇੱਕ ਦੋਨਾਂ ਬੱਚਿਆਂ ਦੇ ਲੱਤਾਂ ਤੇ ਕਾਫੀ ਸੱਟਾਂ ਨੇ। ਸੂਬੇ ਵਿੱਚ ਚੋਰੀ ਡਕੈਤੀ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਤਹਿਸੀਲਦਾਰ ਦੇ ਘਰੋਂ ਪੱਤੀ ਬੋਰ ਦੇ ਇੱਕ ਰਿਵਾਲਵਰ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 80,000 ਰੁਪਏ ਦੀ ਨਕਦੀ ਚੋਰੀ ਹੋਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੁਕਲ ਸਾਨੂੰ ਚੋਰੀ ਦੀ ਇਤਲਾਹ ਮਿਲੀ ਹੈ ਵੀ ਰਮੇਸ਼ ਕੁਮਾਰ ਜੀ ਤਹਿਸੀਲਦਾਰ ਸਾਹਿਬ ਇਹਨਾਂ ਦੇ ਘਰੇ ਚੋਰੀ ਹੋਈ 29 ਤੇ 30 ਦੀ ਦਰਮਿਆਨੀ ਰਾਤ ਨੂੰ। ਉਹ 'ਚ ਸਾਨੂੰ ਪਤਾ ਲੱਗਿਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੁਛ ਕਿੰਨਾ ਕੁ ਗਿਆ। ਨੁਕਸਾਨ ਹੈ, ਕੈਮਰੇ ਹੈਗੇ, ਦੋ ਘੜੀਆਂ ਹੈ, ਕੈਸ਼ ਹੈ। ਡਿਊਟੀ ਮੇਰੀ ਬਾਹਰ ਹੈ, 29 ਤਰੀਕ ਨੂੰ ਸਵੇਰੇ ਘਰੋਂ ਅਸੀਂ ਮੈਂ ਗਿਆ ਅਤੇ 29 ਨੂੰ ਰਾਤ ਨੂੰ ਨਹੀਂ ਵਾਪਸ ਆਏ, 30 ਨੂੰ ਨਹੀਂ ਆਏ, 31 ਤਰੀਕ ਨੂੰ ਜਦੋਂ ਸ਼ਾਮ ਨੂੰ ਆਏ ਹਾਂ ਉਦੋਂ ਲੌਕ ਟੁੱਟਿਆ ਹੋਇਆ ਸੀ ਮੇਨ ਗੇਟ ਦਾ। ਅੰਦਰ ਜਾ ਕੇ ਵੇਖਿਆ ਤਾਂ ਸਾਰਾ ਖਿੰਡਿਆ ਪੁੰਡਿਆ ਸੀ ਸਮਾਨ। ਨੁਕਸਾਨ 'ਚ ਇਹ ਹੈ ਵੀ 70-80 ਹਜ਼ਾਰ ਕੈਸ਼, 70-80 ਹਜ਼ਾਰ ਰੁਪਈਆ, ਕੋਈ ਗਹਿਣੇ ਨੇ, ਕੋਈ ਮਤਲਬ 2.5-3 ਤੋਲਿਆਂ ਦਾ ਤਾਂ ਪਤਾ ਲੱਗ ਗਿਆ, ਬਾਕੀ ਵਾਲੇ ਕੋਈ ਹੁਣ ਵਾਈਫ ਨੂੰ ਮਾੜਾ ਮੋਟਾ ਪਤਾ ਹੋਊਗਾ। ਟੋਪਸ ਟੂਪਸ ਹੈ, ਚਾਂਦੀ ਦੇ ਸਿੱਕੇ ਸੀ 4, ਇੱਕ ਸੋਨੇ ਦਾ ਛੋਟਾ ਜਿਹਾ ਸਿੱਕਾ ਸੀ ਕੋਈ ਧਾਰਮਿਕ, ਉਹ ਗਿਆ। ਪਲੇਟ ਸੀ ਕੋਈ ਜਾਂ ਗਲਾਸ ਕਹਿ ਲਓ, ਉਹ ਹੈ ਚਾਂਦੀ। ਵੈਪਨ ਰਿਵਾਲਵਰ 32 ਬੋਰ ਲਸੰਸਟ ਸੀ, ਉਹ ਲਸੰਸ ਛੱਡ ਗਏ, ਉਹਦਾ ਕਵਰ ਛੱਡ ਗਏ, ਰਿਵਾਲਵਰ ਤੇ ਉਹਦੇ ਰੌਂਦ ਲੈ ਗਏ, ਗਨ ਛੱਡ ਗਏ, ਗਨ ਵੀ ਸੀਗੀ 12 ਬੋਰ ਛੱਡ ਗਏ, ਬਾਕੀ